ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਗੁਰਾਏ ਇਲਾਕੇ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਬਿਨਾਂ ਕਿਸੇ ਡਰ ਦੇ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਚੋਰਾਂ ਨੇ ਇੱਕ ਵਾਰ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਸ ਵਾਰ ਬਿਜਲੀ ਦੇ ਟਰਾਂਸਫਾਰਮ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਸ ਵਿੱਚੋਂ ਕੀਮਤੀ ਤੇਲ ਚੋਰੀ ਕਰ ਲਿਆ। ਦੱਸਣਯੋਗ ਹੈ ਕਿ ਜਿਸ ਜਗ੍ਹਾ ਤੋਂ ਇਸ ਟਰਾਂਸਫਾਰਮ ਵਿੱਚੋਂ ਤੇਲ ਚੋਰੀ ਹੋਇਆ ਹੈ ਉਹ ਥਾਣਾ ਗੁਰਾਇਆਂ ਤੋਂ ਕੁਝ ਹੀ ਦੂਰੀ 'ਤੇ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਮੰਡਲ ਗੁਰਾਇਆਂ ਦੇ ਜੇਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਖਪਤਕਾਰ ਸੁਰਿੰਦਰ ਸਿੰਘ ਵੱਲੋਂ ਨੋਡਲ ਕੰਪਲੇਂਟ ਸੈਂਟਰ 'ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹਨਾਂ ਦੀ ਫੈਕਟਰੀ ਵਿੱਚ ਲਾਈਟ ਬੰਦ ਹੈ। ਜਦ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਨੇ ਜਾ ਕੇ ਦੇਖਿਆ ਤਾਂ ਟਰਾਂਸਫਾਰਮ ਦੀਆਂ ਤੇਲ ਵਾਲੀਆਂ ਟਿਊਬਾਂ ਕੱਟ ਕੇ ਟਰਾਂਸਫਾਰਮ ਵਿੱਚੋਂ 200 ਦੇ ਕਰੀਬ ਤੇਲ ਚੋਰੀ ਹੋ ਚੁੱਕਾ ਸੀ ਅਤੇ ਟਰਾਂਸਫਾਰਮ ਵੀ ਸੜ ਗਿਆ ਸੀ। ਚੋਰੀ ਹੋਏ ਤੇਲ ਦੀ ਕੀਮਤ ਲਗਭਗ 16,000 ਰੁਪਏ ਹੈ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਗੁਰਾਇਆਂ ਵਿਖੇ ਇੱਕ ਟਰਾਂਸਫਾਰਮ ਵਿੱਚੋਂ ਤੇਲ ਚੋਰੀ ਹੋਇਆ ਸੀ। ਉਹਨਾਂ ਪੁਲਿਸ ਪਾਸੋਂ ਇਹਨਾਂ ਚੋਰਾਂ 'ਤੇ ਨੱਥ ਪਾਉਣ ਦੀ ਮੰਗ ਕੀਤੀ ਹੈ। ਚੋਰੀਆਂ ਤਕਰੀਬਨ 14-15-18 ਤੋਂ ਲੈ ਕੇ 8-3-19 ਤੱਕ ਜਿਹੜੀਆਂ 8-9 ਚੋਰੀਆਂ ਜਿਹੜੀਆਂ ਹੋ ਗਈਆਂ ਟਰਾਂਸਫਾਰਮ ਦੀਆਂ, ਜਿਹੜਾ ਤੇਲ ਚੋਰੀ ਕੱਟ ਕੀਤਾ ਹੈਗਾ ਅਤੇ ਤੇਲ ਚੋਰੀ ਹੋਣ ਦੇ ਨਾਲ ਜਿਹੜੇ ਉਹ ਟਰਾਂਸਫਾਰਮ ਜਿਹੜੇ ਉਹ ਸੜ ਗਏ ਹੈਗੇ ਆ ਅਤੇ ਮਹਿਕਮੇ ਦਾ ਜਿਹੜਾ ਨੁਕਸਾਨ ਹੈਗਾ ਉਹ ਬਹੁਤ ਲੱਖਾਂ ਦੇ ਵਿੱਚ ਹੋਇਆ ਹੈਗਾ। ਅਤੇ ਇਹਦੀ ਜਿਹੜੀ ਰਿਪੋਰਟ ਹੈਗੀ ਆ ਉਹ ਜਦੋਂ ਵੀ ਚੋਰੀ ਹੁੰਦਾ ਹੈਗਾ ਤੇਲ ਜਾਂ ਟਰਾਂਸ ਸੜਦਾ ਉਹਦੀ ਉਹ ਰਿਪੋਰਟ ਜਿਹੜੀ ਆ ਪੁਲਿਸ ਸਟੇਸ਼ਨ ਥਾਣੇ ਗੁਰਾਇਆਂ ਦੇ ਵਿੱਚ ਦਰਜ ਕਰਾਈ ਹੈਗੀ ਆ। ਵੱਖਰੇ ਵੱਖਰੇ ਨੰਬਰ ਆ ਸਾਡੇ ਕੋਲ ਹੈਗੇ ਆ, ਕਾਪੀਆਂ ਸਾਡੇ ਕੋਲ ਹੈਗੀਆਂ ਅਤੇ ਅਸੀਂ ਆਪਣੇ ਵੀ ਮਹਿਕਮੇ ਵਿੱਚ ਉੱਚ ਅਧਿਕਾਰੀਆਂ ਜਿਹੜੀ ਉਹ ਇਨਫੋਰਮੇਸ਼ਨ ਜਿਹੜੀ ਦਿੱਤੀ ਗਈ ਹੈਗੀ। ਅਤੇ ਜੇ ਟਰਾਂਸਫਰ ਤਕਰੀਬਨ ਤੇਲ ਚੋਰ ਹੋਏ ਕਿਹੜੇ ਕਿਹੜੇ ਲੋਕੇਸ਼ਨਾਂ ਕਿਹੜੀ ਕਿਹੜੀ ਇਹਦੇ ਲੱਗੇ ਹੋਏ? ਲੋਕੇਸ਼ਨਾਂ ਤਕਰੀਬਨ ਜਾਂ ਤਾਂ ਫਵਾੜੇ ਸਾਈਡ ਤੋਂ ਅੰਦਰ ਵੜਦੇ ਹਾਂ ਜੀ ਸ਼ਹਿਰ ਦੇ ਵਿੱਚ ਆ, ਅਤੇ ਜਾਂ ਤਕਰੀਬਨ ਲਾਸਟ ਨਿਕਲਦੇ ਹਾਂ ਜਿੱਥੇ ਪੁਲਿਸ ਸਟੇਸ਼ਨ ਆਪਣਾ ਥਾਣਾ ਹੈਗਾ ਉਹਦੇ ਤਕਰੀਬਨ ਨੇੜੇ ਹੈਗੀਆਂ, ਉੱਥੇ ਵੀ ਕਾਫੀ ਚੋਰੀਆਂ ਹੋਈਆਂ ਹੈਗੀਆਂ। ਜਿਹੜੇ ਕੱਲ੍ਹ ਚੋਰੀ ਹੋਈ ਆ ਉਹ ਕਿੱਥੇ ਹੋਈ ਆ? ਪੁਲਿਸ ਸਟੇਸ਼ਨ ਦੇ ਨਾਲ ਹੀ ਹੈਗੀ ਬਿਲਕੁਲ, ਉਹ ਵੀ ਅੱਟੇ ਗੇਟ ਤੋਂ ਜਦੋਂ ਆਪਾਂ ਥੱਲੇ ਉਤਰਦੇ ਹਾਂ ਪਹਿਲੀ ਗਲੀ ਸੜਕ ਜਿਹੜੀ ਉਤਰਦੇ ਹੈਗੇ ਆ ਉਹਦੇ ਮੇਨ 'ਤੇ ਉੱਤੇ ਪਿਆ ਹੈਗਾ ਟਰਾਂਸਫਾਰਮ, ਉਹਦੇ ਵਿੱਚੋਂ ਤੇਲ ਕੱਢਿਆ। ਅਤੇ ਹੁਣ ਤੱਕ ਜਿਹੜੇ 8-9 ਚੋਰੀਆਂ ਹੋਈਆਂ ਕੋਈ ਟਰੇਸ ਵੀ ਹੋਈ ਆ ਪੁਲਿਸ ਨੇ ਹੱਲ ਕੀਤੀ? ਕੋਈ ਇਹਦੇ ਵਿੱਚ ਅਜੇ ਤੱਕ ਨਹੀਂ ਮੁਲਜ਼ਮ ਉਹਨਾਂ ਨੇ ਫੜਿਆ ਹੈਗਾ, ਵਾਰ ਵਾਰ ਪੁੱਛਦੇ ਹਾਂ ਜਾ ਕੇ ਅਤੇ ਕੋਈ ਇਹਦੇ ਵਿੱਚ ਬੰਦਾ ਫੜਿਆ ਗਿਆ ਕਹਿੰਦੇ ਨੇ ਅਜੇ ਨਹੀਂ ਕੋਈ। ਪਰ ਗਸ਼ਤ ਉਹਨਾਂ ਦੀ ਕਹਿੰਦੇ ਸਾਡੀ ਜਾਰੀ ਹੈਗੀ ਆ, ਰਾਤ ਨੂੰ ਅਸੀਂ ਕਾਫੀ ਗਸ਼ਤ ਕਰਦੇ ਹਾਂ, ਅਜੇ ਤੱਕ ਬੰਦੇ ਕਾਬੂ ਨਹੀਂ ਆਏ ਹੈਗੇ। ਇਹ ਜੋ ਤੇਲ ਚੋਰੀ ਹੋ ਜਾਂਦਾ ਇਹ ਤੋਂ ਬਾਅਦ ਟਰਾਂਸਫਾਰਮਰ ਜੋ ਚੱਲਦਾ ਇਹਦੇ ਨਾਲ ਕੀ ਸੜ ਜਾਂਦਾ ਕੀ ਹੁੰਦਾ? ਉਹ ਸੜ ਜਾਂਦਾ ਜੀ, ਸੜ ਜਾਂਦਾ, ਉਹ ਹੀਟ ਹੋ ਜਾਂਦਾ ਹੈਗਾ, ਹੀਟ ਹੋ ਗਿਆ ਉਹ ਬਲਾਸਟ ਹੋ ਜਾਂਦਾ ਟਰਾਂਸਫਾਰਮ ਅਤੇ ਚੱਲਣ ਜੋਗਾ ਰਹਿੰਦਾ ਨਹੀਂ ਹੈਗਾ। ਕਿੰਨਾ ਕੁ ਨੁਕਸਾਨ ਹੈ ਭਾਅ ਜੀ ਅੱਜ ਤੱਕ ਜਿੰਨੀਆਂ ਚੋਰੀਆਂ ਹੋਈਆਂ? ਤਕਰੀਬਨ 10 ਲੱਖ ਦੇ ਉੱਪਰ ਮਹਿਕਮੇ ਦਾ ਨੁਕਸਾਨ ਜਿਹੜਾ ਹੋ ਗਿਆ ਹੈਗਾ। ਮੰਗ ਕੀ ਕਰਦੇ ਆ ਜੀ? ਮੰਗ ਤਾਂ ਇਹੀ ਕਰਦੇ ਵੀ ਬੰਦੇ ਫੜੇ ਜਾਣ। ਗੁਰਾਇਆਂ ਤੋਂ ਮੁਨੀਸ਼ ਕੌਸ਼ਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।